ਆ ਦੁਬਾਰਾ ਤੋਂ ਕਾਲਜ ਟ੍ਰਿਪ ਨਾਲ ਮਨਾਲੀ ਪਿੱਛੇ ਵਾਲੀ ਬੱਸ ਹੈ ਐਨਜੀਕੇ ਵਾਲਿਆਂ ਦੀ। ਇਹ ਗਾਈਸ ਆਪਾਂ ਕੈਬਿਨ ਸੀਟ ਤੇ ਬਹਿ ਚੁੱਕੇ ਹੋਏ ਆ, ਆਉਣ ਦਾ ਵੇ ਆ। ਚੰਡੀਗੜ੍ਹ ਵਾਲੀਆਂ ਨੇ ਲਾਏ ਹੋਏ ਆ ਗਾਈਸ। ਫਾਈਨਲੀ ਪਹੁੰਚ ਚੁੱਕੇ ਹੋਏ ਆ, ਟਾਈਮ 7 ਵੱਜ ਚੁੱਕੇ ਹੋਏ ਆ। ਪੈਂਦੀ ਆ ਖਜਰ ਹੁਣ ਤੂੰ ਐ ਟੋਪੀ ਚ ਮੇਰਾ ਵੀਰ ਬਹੁਤ ਵਧੀਆ ਲੱਗ ਰਿਹਾ, ਲਾਈ ਨਾ ਕਦੇ ਵੀ। ਟਿਕਟ ਪੈ ਗਈ ਇੱਕ ਵਾਰ, ਟੁੱਟ ਗਈ ਸਾਲੇ ਦੀ ਐਨਕ। ਟੁੱਟ ਗਈ ਉਹ ਸ਼ੀਸ਼ਾ, ਦੇਖੋ ਲੱਭੋ ਥੱਲੇ ਪਿਆ ਹੋਊਗਾ, ਤੋ ਟੁੱਟ ਗਈ ਐਨਕ। ਉਹ ਐਨਕ ਹੀ ਟੁੱਟ ਗਈ। ਅੱਛਾ ਨਹੀਂ, ਇੱਕ ਵਾਰ ਹਟ ਜੋ, ਹਟ ਜਾ ਲਵੀ ਸੇ, ਬੰਦਾ ਇੰਜਰਡ ਹੈ। ਦੋ ਸ਼ੀਸ਼ੇ ਲੱਭੋ। ਓਏ ਓਏ ਓਏ, ਜਿਆਦਾ ਥੱਲੇ ਨਾ ਪਹੁੰਚ ਜੀਏ। ਹਾਂਜੀ ਗਾਈਜ਼, ਕੀ ਹਾਲ ਚਾਲ ਨੇ, ਅਤੇ ਇੱਕ ਨਵੀਂ ਟ੍ਰਿਪ ਪਲਾਨ ਹੋ ਚੁੱਕੀ ਹੋਈ ਆ, ਤੁਹਾਨੂੰ ਲਾਸਟ ਵਲੌਗ 'ਚ ਪਤਾ ਲੱਗ ਗਿਆ ਹੋਊਗਾ। ਅਤੇ ਵੈਲਕਮ ਬੈਕ ਟੂ ਚੈਨਲ ਗਾਈਜ਼, ਕਿੱਦਾਂ ਹੋ ਸਾਰੇ, ਹੋਪ ਕਰਦਾ ਕਿ ਸਾਰੇ ਐਂ ਠੀਕ ਹੋਣਗੇ, ਮੈਂ ਵੀ ਬਿਲਕੁਲ ਠੀਕ ਹਾਂ। ਅਤੇ ਜਾ ਕਿੱਥੇ ਰਹੇ ਹਾਂ? ਜਾ ਰਹੇ ਹਾਂ ਦੁਬਾਰਾ ਤੋਂ ਕਾਲਜ ਟ੍ਰਿਪ ਨਾਲ ਮਨਾਲੀ, ਬਠਿੰਡਾ ਟੂ ਮਨਾਲੀ। ਮਨਾਲੀ ਪਹਿਲਾਂ ਵੀ ਜਾ ਕੇ ਆਏ ਸੀਗੇ, ਬਟ ਉਹ ਆਪਾਂ ਸੋਲੋ ਵਲੌਗ ਗਏ ਸੀ 2-3 ਜਣਿਆਂ ਨਾਲ। ਬਟ ਇਸ ਵਾਰੀ ਜਾ ਰਹੇ ਆਪਾਂ ਕਾਲਜ ਟ੍ਰਿਪ ਨਾਲ 50-60 ਜਣਿਆਂ ਨਾਲ। ਅਤੇ ਇਸ ਵਾਰੀ ਟ੍ਰਿਪ ਵੀ ਥੋੜ੍ਹੀ ਡਿਫਰੈਂਟ ਹੋਣ ਵਾਲੀ ਆ, ਕਿਉਂਕਿ ਉਦੋਂ ਸੁਲਾਂਗ ਵੈਲੀ ਤੱਕ ਗਏ ਸੀ, ਹੁਣ ਅੱਗੇ ਵੀ ਥੋੜ੍ਹਾ ਖੁੱਲ੍ਹ ਗਿਆ ਹੋਇਆ ਅਟਲ ਟਨਲ। ਬਾਕੀ ਇੱਥੇ ਹੋਰ ਵੀ ਐਡਵੈਂਚਰ ਬਹੁਤ ਕਰ ਰਹੇ ਹਾਂ ਆਪਾਂ, ਜਿਵੇਂ ਪਿਛਲੀ ਵਾਰੀ ਰਿਵਰ ਰਾਫਟਿੰਗ ਰਹਿ ਗਈ ਸੀ, ਉਹ ਵੀ ਕਰਾਂਗੇ, ਹੋਰ 2-3 ਚੀਜ਼ਾਂ ਕਰਾਂਗੇ। ਨਾਲੇ ਕੈਂਪਿੰਗ ਨਹੀਂ ਕਰਕੇ ਆਏ ਸੀ ਪਿਛਲੀ ਵਾਰੀ, ਇਸ ਟਾਈਮ ਆਪਾਂ ਕੈਂਪਿੰਗ ਵੀ ਕਰਕੇ ਆਵਾਂਗੇ ਕਾਲਜ ਟ੍ਰਿਪ ਨਾਲ। ਅਤੇ ਬਾਕੀ ਵਲੌਗ ਇੰਜੋਏ ਵਾਲੇ ਹੋਣ ਵਾਲੇ ਆ ਯਾਰ, ਬੱਸ 'ਤੇ ਚੱਲੇ ਹਾਂ ਇਸ ਵਾਰ ਬਾਅਦ 'ਚੋਂ, ਅਤੇ ਜਿਹੜੀ ਟ੍ਰਿਪ ਔਰਗਨਾਈਜ਼ ਕੀਤੀ ਆ ਉਹ ਵੀ ਆਪਾਂ ਹੀ ਕੀਤੀ ਆ ਯਾਰ। ਅਤੇ ਜਾਂਦੇ ਹਾਂ ਕਾਲਜ ਨੂੰ, 4:15 ਹੋ ਚੁੱਕੇ ਹੋਏ ਆ, 5 ਵਜੇ ਦੀ ਬੱਸ ਆ, ਕਾਲਜ ਬਾਅਦ ਬੱਸ ਖੜ੍ਹੀ ਹੋਣੀ ਆ। ਅਤੇ ਹਜੇ 2-3 ਕੰਮ ਵੀ ਕਰਨੇ ਆ ਜਾਂਦੇ ਜਾਂਦੇ, ਅਤੇ ਜੁੜੇ ਰਹੀਓ ਵਲੌਗ ਨਾਲ, ਚੱਲਦੇ ਹਾਂ। ਬੈਗ ਡਾਨਾ ਇੱਕ ਵਾਰੀ ਗਾਈਜ਼, ਬੈਗ ਉੱਥੇ ਰੱਖ ਆਈਏ ਬੱਸ 'ਚ ਜਾ ਕੇ, ਉਸ ਤੋਂ ਬਾਅਦ ਯਾਰ ਛੱਡਣ ਕੌਣ ਜਾਊਗਾ ਸਾਨੂੰ, ਇਹ ਥੋੜ੍ਹੀ ਦਿੱਕਤ ਹੈ। ਇੱਕ ਵਾਰੀ ਰੱਖ ਆਈਏ, ਥੋੜ੍ਹਾ ਸਮਾਨ ਵੀ ਲੈ ਕੇ ਆਉਣਾ ਹੈ ਨਾਲੇ, ਉਹ ਵੀ ਲੈ ਆਈਏ। ਖੋਲ ਡਿੱਗੀ ਪਿੱਛੇ ਲੰਬਾ ਮੇਰੇ ਘਰ ਦੇ, ਦੇਖ ਕੇ ਪਾਵਾਂਗੇ ਬਈ, ਸਾਫ਼ ਸੁਥਰਾ ਵਲੌਗ ਪਾਵਾਂਗੇ। ਓਏ ਬੰਦ ਕਰੀ ਜਾਂਦਾ ਦੇਖੀ। ਅਤੇ ਜਾਂਦੇ ਹਾਂ ਗਾਈਜ਼, ਇੱਕ ਵਾਰੀ ਬੱਸ 'ਚ ਸਮਾਨ ਰੱਖ ਆਈਏ, ਉਸ ਤੋਂ ਬਾਅਦ ਨਾ ਯਾਰ ਥੋੜ੍ਹੀਆਂ ਪੈਟੀਜ਼ ਲੈਣ ਜਾਣੀਆਂ, ਕਿਉਂਕਿ ਅਸੀਂ ਰਿਫਰੈਸ਼ਮੈਂਟ ਦੇ ਰਹੇ ਹਾਂ, ਇੱਕ ਸੈਂਡਵਿਚ ਅਤੇ ਕੋਕ ਦੀ। 12 ਕੀ ਗੱਲ ਹੋ ਗਈ? 12 ਉਹ ਬਹਿਣਾ ਨੇ ਉੱਧਰ। ਅੱਛਾ ਇੱਧਰੋਂ ਬੈਠੇ ਹਾਂ। ਅਬ ਬੈਠ ਜਾਊਂ, ਕੋਈ ਮਸਲਾ ਤੋਂ ਨਹੀਂ, ਮੇਰੀ ਜੇਬ ਮੇਂ ਅਸਲਾ ਹੈ, ਕੋਈ ਮਸਲਾ ਤੋਂ। ਰਿਸ਼ਟ ਕੇ ਹੋ ਜਾਣਾ ਹੁਣ ਆਪਾਂ। ਓਏ ਵੇ, ਬਸ ਆਈ ਉੱਪਰ ਕੋਲ ਚੱਲੇ ਆ, ਟਰੈਕਰ ਲੱਗਿਆ ਤੇਰੇ ਤੇ, ਬਹਿ ਜਾ ਤੂੰ ਉੱਤੇ। ਨਹੀਂ ਗੱਡੀ ਲੈ ਆ, ਬਸ ਬੈਠਾ ਮੈਂ। ਤੂੰ ਰਹਿਣ ਦੇ ਬਾਬੂ, ਤੂੰ ਰਹਿਣ ਦੇ, ਅਸੀਂ ਕਰਦੇ ਹਾਂ ਗੱਲਾਂ। ਕਟਾਏਗਾ ਗੱਡੀ ਕਹਿੰਦੇ ਰੇਲਵੇ ਸਟੇਸ਼ਨ ਕੋਈ ਕੀ ਕਰਦੇ ਫਿਰਦੇ, ਇਹ ਕਿਤੇ ਹੋਰ ਵੀ ਜਾਵਾਂਗੇ। ਰੇਲਵੇ ਸਟੇਸ਼ਨ ਨਹੀਂ, ਕਿਤੇ ਵੀ ਜਾਵਾਂਗੇ, ਕਿੱਥੇ ਜਾਵਾਂਗੇ ਆਪਾਂ? ਲੈ ਆਹ ਬੈਗ ਗਾਈਸ, ਹਜੇ ਸਾਡੇ ਆ ਤੇ ਉੱਥੇ ਬੱਸ ਖੜੀ ਆ, ਦਿਖਾਉਂਦੇ ਤੁਹਾਨੂੰ ਬੱਸ ਕਿੱਦਾਂ ਦੀ ਆ, ਪੂਰੀ ਘੈਂਟ ਬੱਸ ਕਰਾਈ ਆ ਵੋਲਵੋ ਤੋਂ, ਮੋੜ ਲਈ ਇੱਕ ਵਾਰੀ। ਸਾਰੇ ਤਿਆਰ ਫਿਰਦੇ ਆ ਗਾਈਸ, ਤੇ ਆਪਦਾ ਬੈਗ ਰੱਖੀ ਆ, ਆਪਣੀ ਬੱਸ ਹੈ ਐਨਜੀਕੇ ਵਾਲਿਆਂ ਦੀ। ਫਾਈਨਲੀ ਗਾਈਸ, ਟ੍ਰਿਪ ਸਟਾਰਟ ਹੋ ਚੁੱਕੀ ਹੈ, ਤੇ ਟਾਈਮ 6:53 ਹੋ ਚੁੱਕੇ ਹੋਏ ਆ, ਤੇ ਜਾਂਦੇ ਜਾਂਦੇ ਬਾਹਲਾ ਟਾਈਮ ਲੱਗ ਗਿਆ ਔਰਗਨਾਈਜ਼ਰ ਅਸੀਂ, ਕਿਉਂਕਿ ਸੀਟਾਂ 'ਤੇ ਬਿਠਾਉਣ ਨੂੰ ਵੀ ਬਾਹਲਾ ਟਾਈਮ ਲੱਗ ਗਿਆ। ਬਾਕੀ ਮਿਲਦੇ ਆ ਰਸਤੇ 'ਚ ਤੁਹਾਨੂੰ। ਇਹ ਗਾਈਸ ਆਪਾਂ ਕੈਬਿਨ ਸੀਟ 'ਤੇ ਬਹਿ ਚੁੱਕੇ ਹੋਏ ਆ,
ਔਨ ਦਾ ਵੇ ਪਿੱਛੇ ਜਾਂਦੇ ਆ ਥੋੜੇ ਟਾਈਮ ਤੱਕ। ਤੇ ਗਾਈਸ ਰਸਤੇ 'ਚ ਇੱਕ ਸਟੋਪ ਲਿੱਤਾ ਸੀਗਾ ਅਤੇ ਸਾਰੇ ਜਾਣੇ ਬਾਹਰ ਖੜ੍ਹਿਆ, ਇੱਕ ਜਾਣੇ ਦੀ ਵੋਮਿਟਿੰਗ ਬਈ ਸਾਰੇ ਤੋਂ ਹੋ ਜਾਵੇਗੇ। ਅਤੇ ਬੱਸ ਦਾ ਹਾਲ ਦੇਖ ਲਓ ਯਾਰ, ਇੱਦਾਂ ਗੱਲ ਹੈ ਕਿਉਂਕਿ ਹਿਲਸ ਦਾ ਟਾਈਮ ਆ ਅਤੇ ਬੱਸ 'ਚ ਥੋੜ੍ਹੀ ਬਹੁਤੀ ਵੋਮਿਟਿੰਗ ਆ ਹੀ ਜਾਂਦੀ ਹੈ ਅਤੇ ਬੱਸ ਸਾਰੀ ਖਾਲੀ ਹੋ ਚੁੱਕੀ ਹੋਈ ਆ ਆਲਮੋਸਟ, ਅਤੇ ਥੋੜ੍ਹੇ ਬਹੁਤ ਹੀ ਬੰਦੇ ਅੰਦਰ ਰਹਿ ਗਏ ਹੋਏ ਆ, ਬਾਕੀ ਬਾਹਰ ਚਲੇ ਗਏ ਹੋਏ ਆ। ਆਪਾਂ ਸੀਟ ਜਿਹੜੀਆਂ ਕੀਤੀਆਂ ਹੋਈਆਂ ਉਹ ਪਿੱਛੇ ਵਾਲੀਆਂ ਕੀਤੀਆਂ ਹੋਈਆਂ। ਆ ਬਾਈ ਆਹ ਕੰਮ ਨਾ ਕਰੋ ਯਾਰ, ਆਹ ਉਹਦੀ ਗੱਲ ਸਾਰਿਆਂ ਨੇ ਡਿਨਰ ਕਰ ਰਿਹਾ ਗਾਈਸ, ਅਤੇ ਆਪਾਂ ਥੋੜ੍ਹਾ ਬਾਹਰ ਆਏ ਸੀ ਕਿਉਂਕਿ ਯਾਰ ਮੇਰਾ ਬੈਗ ਵੱਜ ਗਿਆ ਸੀ ਯਾਰ, ਮਾੜਾ ਬੈਗ 'ਚ ਸਾਰਾ ਸਮਾਨ ਸੀਗਾ, ਮੈਨੂੰ ਟੈਨਸ਼ਨ ਪੈ ਗਈ। ਸਾਰਾ ਡਿਨਰ ਕਰ ਰਿਹਾ ਅਤੇ ਆਪਾਂ ਜਗ੍ਹਾ ਖਾ ਕੇ ਠੀਕ ਹੈ ਬਾਈ ਜੀ, ਆਪਣੇ ਬੰਦੇ ਆ ਬੈਠੇ ਸਾਰੇ, ਇਹਨਾਂ ਤੋਂ ਇੱਕ ਬੁਰਕੀ ਖਾ ਕੇ ਆਉਂਦੇ ਹਾਂ, ਥੋੜ੍ਹੀ ਬਹੁਤੀ ਮੈਗੀ ਖਾਧੀ ਆ ਬਈ ਖਾ ਰਹੇ ਹਾਂ। ਇਹਦੇ 'ਤੇ ਮੈਂ ਇੱਕ ਕਹਾਵਤ ਸੁਣਾਵਾਂ, ਹਾਂਜੀ ਰੰਗ ਸਾਡਾ ਵੀ ਰੱਬ ਇੰਨਾ ਗੋਰਾ ਦੇਵੇ। ਇੱਧਰਲੀ ਬੱਸ ਆਈ ਹੋਈ ਹੈ ਇੱਕ, ਇਹ ਆਈ ਹੈ ਘੁੱਦੇ ਕੋਲ ਉਸ ਤੋਂ। ਕੁੜਤਾ ਹੈ ਮੈਂ ਪੀਲਾ ਹੋ ਗਿਆ ਤੇਰਾ, ਖਾ ਲਈ ਰੋਟੀ ਚਲੀਏ। ਹੋਏ ਆ ਟਾਈਮ 7 ਵੱਜ ਚੁੱਕੇ ਹੋਏ ਆ, ਸੁੱਤੇ ਰਹੇ ਯਾਰ ਬਸ, ਟੂਰ 'ਤੇ ਨੱਚਦੇ ਨੁੱਦੇ ਰਹੇ ਅਤੇ ਵਲੋਗ ਬਣਾਉਂਦਾ, ਇੰਨਾ ਟਾਈਮ ਹੀ ਨਹੀਂ ਮਿਲਿਆ ਯਾਰ। ਹੁਣ ਚੱਲਦੇ ਹਾਂ ਆਪਣੇ ਹੋਟਲ ਵੱਲ ਨੂੰ, ਇੱਧਰੋਂ ਟੈਕਸੀਆਂ ਕਰਾਈਆਂ ਹੋਈਆਂ, ਬੈਗ ਕੱਢਦੇ ਹਾਂ। ਪਿੱਛੇ ਗਈ ਬੈਗ ਟੰਗਿਆ ਹੋਇਆ, ਸਵੈਸ਼ ਅੜੇ ਆ ਨਹੀਂ ਰਿਹਾ ਯਾਰ, ਪਿੱਛੇ ਬੈਗ ਟੰਗਿਆ ਉੱਤੇ ਹੀ ਪਾ ਲਈ ਸਵੈਸ਼ ਬੈਗ ਦੀ, ਅਤੇ ਬਾਹਰ ਟੈਕਸੀਆਂ ਖੜੀਆਂ ਜਾਂਦੇ ਹਾਂ ਬਾਹਰ। ਚੱਲ ਲਿਆਉਂਦਾ ਓਏ ਓਏ, ਧਿਆਨ ਨਾਲ ਥੱਲੇ ਨਾ ਖੇਡਦੇ। ਬਾਬੇ ਓਏ ਈਸ਼ੂ ਈਸ਼ੂ ਬਾਈ
ਸਾਰੇ ਬੈਗ ਡਿੱਗ ਦੇ ਵਿਖ ਜੇ ਇੱਕ ਕਾਲਾ ਬੈਗ ਨਹੀਂ ਡਿੱਗਣਾ ਚਾਹੀਦਾ ਵਿੱਚ ਰੱਖ ਦੇ ਬਾਬੇ ਲਾਲ ਤਾਂ ਜਮੇ ਨਹੀਂ ਡਿੱਗਣਾ ਚਾਹੀਦਾ ਕੱਪੜਾ ਇੱਕ ਵੀ ਡਿੱਗ ਗਿਆ ਨਾ ਕੱਪੜਾ ਕਿਵੇਂ ਡਿੱਗ ਜਾ ਤਾਂ ਸਾਰਾ ਬੈਗ ਹੀ ਡਿੱਗੂਗਾ ਆਪਣਾ ਬੈਗ ਪਹਿਲਾਂ ਹੀ ਪਹੁੰਚ ਗਿਆ ਉੱਥੇ ਕੋਈ ਨਾ ਕੋਈ ਲੈ ਗਿਆ ਇੱਕ ਬੈਗ ਪਿੱਛੇ ਖੜਦਾ ਆਉਂਦੇ ਸਾਰੀ ਫੋਟੋਆਂ ਦੇ ਹੋ ਗਏ ਤੁਸੀਂ ਹੋਏ ਉਧਰ ਸਾਈਡ ਤੇ ਸੁਣਾਓ ਕਰਾ ਲਾ ਆ ਗਿਆ ਰੂਮ ਚ ਹੋਟਲ ਵਾਲਿਆਂ ਨੇ ਚਲੋ ਵੀ ਗਾਇਸ ਤਿਆਰ ਹੋ ਕੇ ਮਿਲਦੇ ਆ ਸਲਾਂਗ ਵੈਲੀ ਜਾਣਾ ਹੈ ਕਿ ਫਰੈਸ਼ ਹੋ ਕੇ ਮਿਲਦੇ ਆ ਸਾਡੇ ਫਰੈਸ਼ ਹੋ ਕੇ ਹਾਂਜੀ ਹੋ ਗਏ ਹੋਇਆ ਤਿਆਰ ਗਾਈਸ ਤੇ ਇੱਦਾਂ ਦਾ ਹੋਟਲ ਦਾ ਵਿਊ ਹੈ ਕੁਛ ਬਾਹਰੋਂ ਉਹ ਵਿਊ ਥੋੜ੍ਹਾ ਜਿਹਾ ਵਧੀਆ ਇੱਥੋਂ ਯਾਰ ਜੇ ਉੱਪਰ ਜਾਈਏ ਤਾਂ ਥੋੜ੍ਹਾ ਜ਼ਿਆਦਾ ਵਧੀਆ ਉਹ ਦੇਖੋ ਉਧਰਲੀ ਸਾਈਡ 'ਤੇ ਬਾਕੀ ਵਿਊ ਕੈਮਰਾ ਜੱਜ ਨਹੀਂ ਕਰ ਪਾਉਂਦਾ ਥੱਲੇ ਬ੍ਰੇਕਫਾਸਟ ਲੱਗ ਚੁੱਕਿਆ ਹੋਇਆ ਬ੍ਰੇਕਫਾਸਟ ਖਾਂਦੇ ਆ ਤੇ ਚੱਲਦੇ ਆ ਬ੍ਰੇਕਫਾਸਟ ਖਾਂਦੇ ਆ ਤੇ ਨੀਚੇ ਆ ਕੇ ਗੱਲ ਕਰਦੇ ਆ ਹਾਂ ਜਾਂਦੇ ਆ ਸਲਾਂਗ ਵੈਲੀ ਅਲਟਰ ਟਨਲ ਤੇ ਮੈਨੂੰ ਜਦੋਂ ਥੋੜ੍ਹਾ ਜ਼ਿਆਦਾ ਠੰਡ ਮਹਿਸੂਸ ਨਹੀਂ ਹੋ ਰਹੀ ਕਿਉਂਕਿ ਮੈਂ ਹੁਣੇ ਜੇ ਆਇਆ ਸੀ ਨਾ ਤਾਂ ਕਰਕੇ ਬਰਦਾਸ਼ਤ ਉਦੋਂ ਵੀ ਕਰ ਲਈ ਸੀ ਹੁਣ ਤਾਂ ਸਗੋਂ ਥੋੜ੍ਹੀ ਘੱਟ ਗਈ ਆ ਭੁੱਖ ਲੱਗ ਰਹੀ ਆ ਖਾਂਦੇ ਆ ਕੁਛ ਆਇਓ ਰੂਮ ਤੋਂ ਗਾਈਜ਼ ਆਪਾਂ ਬ੍ਰੇਕਫਾਸਟ ਕਰਕੇ ਆਪਾਂ ਚੱਲੇ ਹਾਂ ਅੱਗੇ ਸਲਾਂਗ ਵੈਲੀ ਵੱਲ ਨੂੰ ਅਤੇ ਅਟਰ ਟਨਲ ਵੀ ਖੁੱਲ੍ਹ ਗਿਆ ਹੋਇਆ ਉੱਥੇ ਵੀ ਜਾ ਸਕਦੇ ਹਾਂ ਬਟ ਮੀਂਹ ਨੇ ਥੋੜ੍ਹਾ ਬਹੁਤਾ ਕੰਮ ਖਰਾਬ ਕਰ ਦੇਣਾ ਲੱਗ ਰਿਹਾ ਬਾਕੀ ਹੋਟਲ ਸਾਡਾ ਥੋੜ੍ਹਾ ਜਿਹਾ ਨੀਚੇ ਜਾ ਗਿਆ ਕਿਉਂਕਿ ਵਿਊ ਥੋੜ੍ਹਾ ਤਾਂ ਕਰਕੇ ਵਧੀਆ ਮਿਲਿਆ ਚਲੋ ਹੋ ਸਕਦਾ ਗਾਈਜ਼ ਉੱਪਰ ਅੱਜ ਫਿਰ ਸਨੋ ਹੋ ਰਹੀ ਆ ਦੋ ਵਾਰੀ ਸਨੋ ਮਿਲ ਜੂਗੀ ਮੈਨੂੰ ਮੰਡੀ ਦੇ ਹਿਸਾਬ ਨਾਲ ਲੱਗੇ ਹੋਏ ਡਰੈਸਾਂ ਪਾਣ ਗਏ ਡਰੈਸਾਂ ਨੂੰ ਗਏ ਸੀ ਉਹ ਯਾਰ ਠੀਕ ਲੱਗੂ ਯਾਰ ਪਾਲਾ ਯਾਰ ਜਿਹੜਾ ਤੈਨੂੰ ਸਹੀ ਲੱਗਦਾ ਇੱਧਰ ਜੀ ਪੈਸੇ ਹਿਸਾਬ ਨਾਲ ਬਣਿਆ ਫਿਰ ਸਾਰੇ ਲਵਾਉਂਦੇ ਆ ਦੁਬਾਰਾ ਤਰਪਾਲਾਂ ਵਾਲੇ ਕੱਪੜੇ ਪਾਈ ਖੜੇ ਆ ਆਪਾਂ ਹੋ ਗਏ ਹੋਏ ਗਾਈਜ਼ ਤਿਆਰ ਤੇ ਪੂਰਾ ਪਾਲਿਆ ਹੋਇਆ ਕੱਪੜੇ ਕੱਪੜੇ ਤੇ ਬੈਠੀਆਂ ਬਸ ਚੱਲੇ ਬੂਟ ਰੱਖ ਲਈਏ ਬਸ ਓਏ ਓਏ ਬੂਟ ਫਟਾਈ ਪਹਿਲਾਂ ਗਾਈਜ਼ ਅਟਲ ਟਨਲ ਜਾਵਾਂਗੇ ਉਸ ਤੋਂ ਬਾਅਦ ਆਉਣ ਦੀ ਵਾਰੀ ਸਲਾਂਗ ਵੈਲੀ ਕਵਰ ਕਰਾਂਗੇ ਕਿਉਂਕਿ ਅਟਲ ਟਨਲ ਖੁੱਲ ਗਿਆ ਹੋਇਆ ਤਾਂ ਕਰਕੇ ਆ ਗਏ ਗਾਈਜ਼ ਜ਼ਿਪ ਲਾਈਨਿੰਗ ਵਾਲੀ ਜਗ੍ਹਾ ਤੇ ਯਾਰ ਇਹ ਤਾਂ ਮੇਰੇ ਤੋਂ ਨਹੀਂ ਹੋਣੀ ਆ ਵਾਲੀ ਹਾਈਟ ਆ ਇਹ ਯਾਰ ਉਹ ਡਿੱਗ ਗਿਊ ਆ ਭਰਾਵਾ ਹਾਂ ਗੋਪਰੋ ਦਾ ਗਾਈਜ਼ 300 ਰੁਪਈਆ ਦੇ ਰਿਹਾ ਸਾਨੂੰ ਵੈਸੇ 500 ਰੁਪਈਆ ਕਰ ਰਹੇ ਹੋ ਕਰ ਰਹੇ
ਦੇਖਦੇ ਹਾਂ ਜੀ, ਕਰੋ ਇੱਕ ਅੱਧਾ ਜਾਣਾ। ਚਲੋ ਚੱਲ ਚੱਲ ਇੱਧਰ ਤੂੰ ਚੱਲ। ਹਾਂ ਬਣੀ ਆ ਤੇ ਸਾਰੇ ਕਰੀ ਜਾਂਦੇ ਆ ਗਾਈਸ, ਇੱਧਰ ਆਪਣਾ ਦਿਲ ਧੱਕ ਧੱਕ ਕਰੀ ਜਾਂਦਾ। ਲੱਡੂ ਡਰ ਤਾਂ ਲੱਗ ਰਿਹਾ, ਮੈਨੂੰ ਨੀ ਪਤਾ ਯਾਰ, ਯਾਦ ਚ ਨੀ। ਟੈਟ ਕਰਦੀ ਮੇਰਾ ਵੀਰ, ਐ ਨਾ ਹੋਵੇ ਰਸਤੇ 'ਚ ਉਲਝਣ ਪੈ ਜਾਵੇ। ਠੀਕ ਹੈ ਬਈ, ਸੱਦਾ ਦੇਣ ਚੱਲੇ ਹਾਂ। ਹੁਣ ਗੋਪਰੋ 'ਚ ਮਿਲਾਂਗੇ ਗਾਈਸ, ਮੈਂ ਚੱਲਾਂ। ਚੱਲ ਬਈ ਬਬਣਾ, ਸੂਰਜ ਦੀ ਬੜਕ ਤੇ ਉੱਠਦਾ ਯਾਰ, ਰਾਤੀ ਸੌਂਦਾ ਨੀ ਮੋਟੇ ਬੰਦੇ ਹੁੰਦੀਆਂ ਨੀ ਸਾਡੇ ਮਾਰੇ ਟੁੱਲ ਤੇ ਨੀ ਜ਼ਿੰਦਗੀ ਤਾਂ ਯਾਰ ਜਿਉਂਦੇ ਨੇ। ਥੋੜੀ ਘਬਰਾਹਟ ਦੀ ਮੱਦੇਨਜ਼ਰ ਰੱਖਦੇ ਪਾਣੀ ਦੀ ਬੋਤਲ ਲੈਣੀ ਪਈ। ਹਲੇ ਇੱਥੇ ਤਾਂ ਉਹੀ ਨੀ ਸੀ, ਪੈਰ ਰੱਖਣ ਦੀ ਜਗ੍ਹਾ ਨਹੀਂ ਸੀ, ਬਰਫ਼ ਹੀ ਬਹੁਤ ਸੀ। ਹਾਂ ਹਲੇ ਭੀੜ ਹੀ ਬਹੁਤ ਸੀ ਉਦੋਂ ਤਾਂ। ਗਾਈ ਇੱਧਰ ਜਦੋਂ ਪਿਛਲੇ ਮਨਾਲੀ ਦੇ ਵਲੌਗ 'ਚ ਇੱਥੇ ਬਹੁਤ ਉਹ ਸੀ, ਮੀਂਹ ਪੈ ਗਿਆ ਅੱਗੇ ਬਈ। ਅੱਛਾ, ਬਹੁਤ ਸੀ ਸਰ, ਭਰਿਆ ਹੋਇਆ ਸੀਗਾ। ਭੀੜ ਹੀ ਹੈ ਨਹੀਂ ਯਾਰ ਬਈ, ਯਾਰ ਕੀ ਗੱਲ ਹੋ ਗਈ, ਭੀੜ ਹੀ ਹੈ ਨਹੀਂ ਗੀ। ਅਬ ਯਹਾਂ ਪੇ ਬਰਫ ਹੀ ਹੈ ਨਾ, ਜਿਸੇ ਸੀਜ਼ਨ ਕੇ ਹਿਸਾਬ ਸੇ ਦਾ ਬਾਣ ਅਟਲ ਟਨਲ ਖੁੱਲ ਗਏ, ਯਹਾਂ ਪੇ ਕੋਈ ਨਹੀਂ ਸਭ ਤਾਂ ਕੀ ਜਾਂਦੇ। ਅਟਲ ਟਨਲ ਹੋ ਗਈ ਭੀੜ ਵਹਾਂ ਪੇ ਹੋ ਗਈ, ਅਬ ਯਹਾਂ ਬਰਫ ਹੀ ਨਹੀਂ ਹੈ, ਕੀ ਫਾਇਦਾ ਯਹਾਂ ਅਟਲ ਟਨਲ ਬਰਫ ਨਹੀਂ ਹੈ। ਸੋਲਾਂਗ ਵੈਲੀ ਹੈ, ਆਹ ਸੋਲਾਂਗ ਵੈਲੀ ਹੈ ਸਾਰੀ, ਇਸ ਤੋਂ ਬਾਅਦ ਅਟਲ ਟਨਲ ਜਾਣਾ। ਚੱਲੇ ਅਟਲ ਟਨਲ
ਗਾਈ ਇੱਥੇ ਤਾਰਤਾ 100 meters ਦੂਰ ਤੋਂ ਅਟਲ ਟਨਲ ਹੈ, ਉੱਥੇ ਜਾਂਦੇ ਹਾਂ। ਅੱਗੇ ਬਹੁਤ ਟ੍ਰੈਫਿਕ ਆ ਰਹੇ, ਜਾ ਨਹੀਂ ਰਹੇ। ਸਨੋ ਪੈਣ ਦੇ ਚਾਂਸਿਸ ਹੈਗੇ ਥੋੜ੍ਹੇ ਬਹੁਤੇ, ਬਾਕੀ ਪਤਾ ਨਹੀਂ। ਇੱਥੇ ਬਰਫ਼ ਜ਼ਿਆਦਾ ਗਾਈ, ਇੱਧਰ ਘੱਟ ਹੈ, ਬੰਦਾ ਦਿੱਕਤ ਮਨੀ ਖੜਾ। ਕੀ ਗੱਲ ਹੋ ਗਈ, ਦੇਖ ਬਰਫ਼ ਨਿਆਰੀ, ਚੱਲ ਤੂੰ ਆ ਮਰਾਵੇ ਬਰਫ਼ ਤਾਂ। ਕਿਉਂ ਕੀ ਗੱਲ ਹੋ ਗਈ, ਆਇਆ ਯਾਰਾ ਚੱਲੀਏ, ਕਿਉਂ ਕੀ ਗੱਲ ਹੋ ਗਈ, ਹੈਂ ਵੋਮਟਿੰਗ ਆ ਰਹੀ ਹੈ ਲੱਗ ਰਿਹਾ ਉੱਥੇ ਕਈ ਲੋਕ। ਅੱਛਾ ਕੋਈ ਦਿੱਕਤ ਪਰੇਸ਼ਾਨੀ, ਦਵਾਈ ਦਵਾਈ ਦਵਾਂ ਤੁਹਾਡੇ ਹੁੰਦੇ, ਸਾਨੂੰ ਪਰੇਸ਼ਾਨੀ ਹੋ ਸਕਦੀ ਆ ਕਦੇ ਵੀ ਨਹੀਂ। ਆ ਗਏ ਆ, ਐਨਕਾਂ ਲਿਆਂਦੀ ਆ, ਵਧੀਆ ਮੈਨੂੰ ਫੋਟੋ ਖਿੱਚਣ ਦੀ, ਬਸ ਇੱਕ ਵਾਰੀ ਪਾ ਕੇ ਚਲੋ ਚਲੋ ਵੀਡੀਓ ਬਣਾਓ ਯਾਰਾ ਵਲੌਗ ਹੈ। ਜਿੱਦਾਂ ਸੁਲਾਂਗ ਵੈਲੀ 'ਚ ਬਰਫ਼ ਸੀਗੀ ਜਦੋਂ ਮੈਂ ਲਾਸਟ ਮੰਥ ਆਇਆ ਸੀਗਾ, ਅਤੇ ਇੱਦਾਂ ਹੀ ਹੁਣ ਇੱਧਰ ਆ ਅਟਲ ਟਨਲ ਵਾਲੀ ਸਾਈਡ, ਉਵੇਂ ਨੀਚੇ ਸਕੀਇੰਗ ਹੋ ਰਹੀ ਆ, ਅਤੇ ਹੋਰ ਵੀ ਇੱਕ ਦੋ ਐਕਟੀਵਿਟੀਜ਼ ਹੈਗੀਆਂ। ਜੱਟ ਆਹ ਲੱਡੂ ਘੈਂਟ ਲੱਗਦੀ ਹੈ ਐਨਕ ਲੱਗੀ, ਮੈਂ ਕਹਿੰਦਾ ਮੇਰੇ ਸਿਰਾ ਪੈਂਦੀ ਆਖਿਆ ਜਦੋਂ ਉਹਨਾਂ ਦੇਖੀਏ ਜੇ ਸਹੀ ਲੱਗਦੀ ਹੈ ਐਨਕ। ਓਏ ਐਨਕ ਸਹੀ ਹੈ, ਸਹੀ ਲੱਗ ਰਹੀ, ਚਮਕੀਲਾ ਲੱਗੀ ਉਹਨਾਂ ਫੋਟੋ ਖਿੱਚਿਆ ਜੇ ਇੱਕ। ਤੂੰ ਐ ਟੋਪੀ 'ਚ ਮੇਰਾ ਵੀਰ ਬਹੁਤ ਵਧੀਆ ਲੱਗ ਰਿਹਾ, ਲਾਈ ਨਾ ਕਦੇ ਵੀ। ਬਾਣੀ ਮੈਗੀ ਖਾਣੀ ਆ ਗਾਈਸ, ਉਹ ਕਹਿ ਰਿਹਾ ਐਕਟੀਵਿਟੀ ਅੰਬ ਖਾਣੇ, ਅੰਬ ਲੈ ਬਾਣੀ, ਅੰਬ ਖਾ, ਅੰਬ ਨਹੀਂ ਹੈਗਾ ਇਹ, ਕੀ ਹੈ ਨਿੰਬੂ, ਹੋਰ ਕੀ ਹੈ, ਮੈਦੂ ਵਾੜਾ ਛੱਲੀ, ਇਹਨੂੰ ਕਹਿੰਦੇ ਆ ਤੂੰ ਛੱਲੀ ਖਾ, ਹਾਂ ਖਾ ਲੈ ਯਾਰ ਬਈ, ਤਿੰਨ ਛੱਲੀਆਂ ਦਈਆਂ ਬਾਈ, ਇਸਕਾ ਕੀ ਬੰਬ ਹੈ, ਇਸਕਾ ਅਚਾਰ ਬੰਤਾ ਹੈ, ਨਿੰਬੂ ਹੈ ਬੜਾ ਵਾਲਾ ਬਾਈ, ਅੰਦੇ ਹੀ ਛੱਲੀ ਯਾਰ ਇੱਕ ਤੋਰਾ, ਉਹਨੂੰ ਭੇਜਿਆ ਫੋਟੋ, ਇਹੀ ਚੀਜ਼ ਹੈ ਨਾ ਛੱਲੀ, ਕਿੰਨੂ ਹੈ ਬਈ, ਛੋਟੀ ਹੈ ਉਹਦੇ ਛੱਲੀਆਂ, ਓਏ ਲੱਡੂ ਕੀ ਗੱਲ, ਛਤਰੀ ਐਡੀ ਵੱਡੀ ਲੈਣੀ, ਉਹ ਦੇਖੋ ਲੱਡੂ ਯਾਰ ਕੀ ਕਰੀ ਅੱਡਾ, ਲੈ ਕੇ ਆਂਗਾ ਮੈਂ ਮੈਗੀ ਲਵਾਂ, ਸੇਕਣ ਦੇ ਮਾਰੇ ਯਾਰ ਤੂੰ ਐਸੇ ਤੇ ਖੜ ਗਿਆ, ਛੱਲੀ ਲੈੜੀ ਹੈ ਤੂੰ, ਕੀ ਹੈ ਇਹ, ਮੇਦੂਵਾੜਾ ਅਨੀਅਨ ਰਿਕਸ, ਬਲ ਦੋਈ ਚਾਹੀਏ ਮੇਦੂਵਾੜਾ, ਇਹ ਦੋ ਜੀ ਹੋ ਗਿਆ ਭਈ, ਆਪਕਾ ਹੋ ਗਿਆ ਤਾਂ ਔਰ ਦਿਆ ਦਾ ਆਰਡਰ, ਮੈਗੀ ਪਾਓ ਯਾਰ ਮੈਗੀ ਪਾਓ, ਕਿੰਨੇ ਦਾ ਦਾਮ ਹੈ, ਕਿੰਨੇ ਦਾ, ਕਿੰਨੇ ਦਾ ਆਮਲੇਟ, 70 ਦਾ ਹੈ, 70 ਦਾ, ਮੈਗੀ ਦਾ ਪਾਓ ਯਾਰ, ਸਾਡੀਆਂ ਮੈਗੀਆਂ ਦਾ ਪਾਓ 6, ਮੈਗੀ ਡਾਲ ਰਹਾ ਮੈਂ ਯਾਰ ਭਾਈ, ਹਾਏ ਹਾਏ ਨਹੀਂ ਹੋ ਰਹੀ, ਕਾਲੇ ਖਾਣ ਦੇ ਮੈਗੀ ਦੇ ਮਜ਼ੇ ਯਾਰ, ਓਹੋ ਯਾਰਾ ਥੱਲੇ ਇੰਜੋਏ ਕਰਦੇ ਆ ਜਾ ਕੇ, ਮੈਗੀ ਖਾ ਲਈਏ ਯਾਰ, ਥੋੜਾ ਢਿੱਡ ਭਰ ਲਈਏ, ਲਾਈਟ ਲੈਣੇ ਆ ਗਾਈਸ, ਓਏ 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 ਹੱਥ ਮਾਰਿਆ ਕਰ ਨਾਲ ਨਾਲ ਵਾੜਾ ਵਾੜਾ, ਓਏ ਓਏ ਅੱਗੇ 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 ਆਇਆ, ਬਸ ਬਹੁਤ ਯਾਰ ਵਾਲਾ ਕੰਮ ਹੈ, ਵੈਸੇ ਜਿਹੜੇ ਸਲਾਂਗ ਵੈਲੀ 'ਚ ਕੰਮ ਸੀ ਨਾ ਲਾਸਟ ਮੰਥ, ਉਹ ਉਹਦੇ ਵਰਗਾ ਨਹੀਂ ਹੈ, ਉਹ ਸਨੋਹਾਂ ਪੈ ਰਹੀਆਂ ਸੀ ਯਾਰ, ਆ ਰਿਹਾ ਸੀ ਆਹ ਫੋਨ ਨਹੀਂ ਫੜੀ, ਫਿਰ ਉੱਥੇ ਚੜ੍ਹ,
ਸਾਡੇ ਮੇਰੇ ਨੈਟਵਰਕ ਨਹੀਂ ਆ ਰਹੇ, ਸਾਰੇ ਫੋਨ ਆਉਣ ਲੱਗੇ ਹੋਏ। ਗਾਈਸ ਆ ਹੋ ਜੂਗਾ ਜ਼ੋਰ ਦੀ, ਇਹ ਜ਼ੋਰ ਦੀ ਹੋ ਜੂਗਾ ਗਾਈਸ। ਤੇ ਇਹ ਡਾਇਰੈਕਟ ਉਤਰੀ ਅੱਗੇ ਹੋ ਗਈ। ਆ ਚੱਲ ਰਿਹਾ ਬੱਬਨ ਤੇ ਮਾਰੀ ਇੰਨੀ ਸਨੋ ਫਾਈਟਿੰਗ ਕੀਤੀ ਗਾਈਸ, ਹੱਥ ਜੰਮਣ ਲੱਗ ਗਏ ਬੰਦੇ, ਪਤਾ ਨਹੀਂ ਕਿਧਰ ਨਾ ਗਏ ਨਾਲ ਦੇ ਸਾਰੇ। ਉਹ ਫਿਰਦਾ ਉਹ ਕਿੱਥੇ ਗਏ ਸਾਰੇ? ਹੈਂ ਠੀਕ ਹੈ ਤੂੰ ਰੋਕ ਤਾ ਉਹਨਾਂ ਨੇ, ਕਹਿੰਦੇ ਗੰਦ ਨਹੀਂ ਪਾਉਣਾ। ਇਹ ਤਰਸ ਚੱਲਿਆ ਬਣਾਇਆ ਰੱਖਿਆ ਤੁਸੀਂ ਲੋਂ ਵਿੱਚ ਪੜ ਕੇ ਸਰੋਂ ਵਿੱਚ ਫਿਰਦੇ ਆ। ਹਾਏ ਹਾਏ ਹੋਈ 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 ਅਜੇ ਉੱਪਰ ਆ ਜਾਊਗਾ ਓਏ। ਕਿੱਥੇ ਤੱਕ ਗਾਈਸ ਬਰਫ ਹੈ ਇੱਥੇ ਜੀ? ਟਾਈਗਰ ਆ ਗਿਆ, ਟਾਈਗਰ ਨਹੀਂ ਆਉਂਦਾ, ਭਾਲੂ ਆ ਗਏ। ਓਏ 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 ਜ਼ਿਆਦਾ ਥੱਲੇ ਨਾ ਪਹੁੰਚ ਜੀਏ, ਥਾਂ ਬਣਾਤੀ ਇਹਨਾਂ ਨੇ, ਹੁਣ ਆਪਾਂ ਰੁੜਦੇ ਹੀ ਆ ਰਹੇ ਹਾਂ। ਇੰਨੀ ਥੱਲੇ ਤਾਂ ਕੋਈ ਵੀ ਨਹੀਂ ਆਇਆ ਓਏ ਓਏ। ਚਲੋ ਛੇਤੀ, ਉਹ ਤੋਂ ਮੂਹਰੋਂ ਭਾਲੂ ਆ ਰਹੇ। ਗਾਈਸ ਦੇਖਦੇ ਆ ਭਾਲੂ ਆਉਂਦਾ ਕਿ ਨਹੀਂ ਆਉਂਦਾ। ਮੈਂ ਆਉਂ ਮੈਂ ਆਉਂ ਪਿੱਛੇ ਮੈਂ ਹੀ ਆ ਬਈ, ਮੈਨੂੰ ਅੱਗੇ ਜਾਣ ਦੋ। ਓਏ ਆਉਂਦੀ ਬਣਾ, ਉਹ ਲਿਆ ਉਹ ਐਪ ਕੋ ਬਣਾਈ, ਯੂਟਿਊਬ ਵਾਲੀ ਬਣਾਣੀ ਓਏ।
ਜਿਹੜਾ ਆ ਨਿਆਰਾ ਨਾ ਆ ਜਾਣਦਾ ਇਹਦਾ ਹੀ ਉਹ ਉੱਤੇ 250 ਰੁਪਇਆ ਲਈ ਜਾਂਦੇ ਆ। ਨਹੀਂ ਬਾਈ ਜੀ ਇਹ ਗੱਲ ਮਾੜੀ ਜੇ ਬਈ ਆਵਾਜ਼ ਆ ਰਹੀ ਹੈ ਸਾਲਾ ਆਵਾਜ਼ ਆ ਰਹੀ ਹੈ ਓਏ ਆ ਗਈ ਓਏ ਓਏ ਸੱਤੀ ਭੱਜ ਗਿਆ ਸ਼ਟ ਅਪ ਬੈਸਟ ਬੰਦਾ ਲੱਭਣ ਲੱਗਿਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਰਫ਼ ਚ ਲੱਗ ਰਹੇ ਹਾਂ ਗਾਈਜ਼ ਸਾਰਾ ਨਾ ਢੱਕ ਦਿਓ ਉਹ ਇੱਧਰ ਲੈ ਪੈਰ ਵੀ ਢੱਕ ਦਿਓ ਫਿਰ ਹਾਂ ਹਾਂ ਆਇਆ ਚੱਲ ਦੇਖਦੇ ਨਿਕਲਦਾ ਜਾਂਦਾ ਉਹ ਐਂ ਨਾ ਹੋਵੇ ਲੱਤਾਂ ਕੱਟ ਕੇ ਆਰੀ ਨਾ ਕੱਟੀਆਂ ਬਹਿਣ ਕੇ ਮੂੰਹ ਦੇ ਕੋਈ ਹੜਿਆ 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 ਨਿਕਲ ਜਾਏਗਾ ਜੀ ਸਾਡੇ ਨਿਕਲ ਲੱਗਦੇ ਪੱਲ ਉਧਰੋਂ ਹੀ ਕੱਢੀ ਜਾਂਦਾ ਕੀ ਗੱਲ ਹੋ ਗਈ ਕੈਵੀਰੇ ਕੱਢੋ ਕੈਵੀਰੇ ਕੱਢੋ